ਸਸਿਕਾ ਜੀ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਧਰਤੀ ਦਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ ਪੰਜਾਬ ਦੇ ਜੰਗਲ ਤੇ ਦਰਖਤ ਜਿਹੜੇ ਨੇ ਉਹ ਤੇਜ਼ੀ ਨਾਲ ਕੱਟ ਰਹੇ ਨੇ ਕੱਟੇ ਜਾ ਰਹੇ ਨੇ ਬਦਕਿਸਮਤੀ ਇਹ ਹੈ ਜਿਨ੍ਹਾਂ ਨੂੰ ਪਹਿਲਾਂ ਜੰਗਲ ਨੂੰ ਸੰਭਾਲਣ ਦਾ ਮੰਤਰਾਲਾ ਦਿੱਤਾ ਸੀ ਉਹ ਖੁਦ ਹੀ ਜੰਗਲ ਨੂੰ ਵੇਚਣ ਲੱਗੇ ਜਦੋਂ ਕਿਸੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹ ਬਾਗ ਛੇਤੀ ਉਜੜ ਜਾਂਦਾ ਹੈ ਅੱਜ ਕੱਲ ਮੱਤੇਵਾੜਾ ਦੇ ਜੰਗਲਾਂ ਦੀ ਗੱਲ ਚੱਲ ਰਹੀ ਹੈ ਮੈਂ ਬਰੀਫਲੀ ਦੱਸ ਦਿਨਾ ਸੰਖੇਪ ਚ ਦੱਸ ਦਿਨਾ ਸੈਂਟਰ ਸਰਕਾਰ ਨੇ ਕੈਪਟਨ ਸਰਕਾਰ ਨੂੰ ਇੱਕ ਪ੍ਰਪੋਜ਼ਲ ਭੇਜੀ ਕਿ ਇੱਥੇ ਟੈਕਸਟਾਈਲ ਇੰਡਸਟਰੀ ਲਾਉਣੀ ਹੈ ਸਾਨੂੰ 1000 ਏਕੜ ਚਾਹੀਦੇ ਤਾਂ ਕੈਪਟਨ ਸਾਹਿਬ ਨੇ ਬਿਨਾ ਕੁਝ ਪਤਾ ਕੀਤੇ ਕਿ ਕਿਹਦਾ ਨੁਕਸਾਨ ਕੀ ਹੋਊਗਾ ਕਿੰਨੇ ਉਜੜਨਗੇ ਦਰਿਆ ਚ ਪਾਣੀ ਕਿੰਨਾ ਜ਼ਹਿਰੀਲਾ ਜਾਊਗਾ ਉਹਨਾਂ ਨੂੰ ਮਨਜ਼ੂਰੀ ਦਿੱਤੀ ਕਿ ਹਾਂ ਜੀ ਸਾਡੇ ਵੱਲੋਂ ਮਨਜ਼ੂਰ ਹੈ ਤੇ ਜੋ ਸਾਡੇ ਕੋਲੇ ਦੁਬਾਰਾ ਫਾਈਲ ਆਈ ਤਾਂ ਅਸੀਂ ਉਹਦਾ ਸਾਰਾ ਪਤਾ ਕੀਤਾ ਅਸੀਂ ਕਿਹਾ ਵੀ ਇਹ ਤਾਂ ਬਹੁਤ ਹੀ ਖਤਰਨਾਕ ਹੈ ਕਿ ਜੰਗਲ ਉਜੜ ਜਾਊਗਾ ਉੱਤੋਂ ਪਾਣੀ ਜਿਹੜਾ ਉਹ ਸਤਲੁਜ ਦੇ ਵਿੱਚ ਜਾਊਗਾ ਜ਼ਹਿਰੀਲਾ ਹੋਊਗਾ ਤਾਂ ਅਸੀਂ ਇਹਦੇ ਤੇ ਗੌਰ ਕੀਤਾ ਔਰ ਗੌਰ ਕਰਕੇ ਫੈਸਲਾ ਕੀਤਾ ਅੱਜ ਅਸੀਂ ਉਹਨਾਂ ਦੀ ਜਿਹੜੀ ਐਕਸ਼ਨ ਕਮੇਟੀ ਹੈ ਉਹਨਾਂ ਨੂੰ ਵੀ ਬੁਲਾਇਆ ਸੀ ਸਲਾਹ ਕਰਕੇ ਫੈਸਲਾ ਕੀਤਾ ਕਿ ਮੱਤੇਵੜਾ ਦੇ ਜੰਗਲ ਚ ਕੋਈ ਇੰਡਸਟਰੀ ਨਹੀਂ ਲੱਗੂਗੀ ਬਲਕਿ ਪੰਜਾਬ ਦੇ ਵਿੱਚ ਜਿੱਥੇ ਵੀ ਦਰਿਆ ਦਾ ਕਿਨਾਰਾ ਹੈ ਜਿੱਥੇ ਵੀ ਕੋਈ ਪਾਣੀ ਜਿਹੜਾ ਉਹ ਵਗਦਾ ਹੈ ਉੱਥੇ ਕੋਈ ਐਹੋ ਜੀ ਇੰਡਸਟਰੀ ਨਹੀਂ ਲੱਗੂਗੀ ਜਿਹੜੀ ਪਾਣੀ ਨੂੰ ਗੰਦਲੇ ਪਾਣੀ ਨੂੰ ਉਹਦੇ ਵਿੱਚ ਡੰਪ ਕਰਦੀ ਹੋਵੇ ਸੋ ਅੱਜ ਬੜਾ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਹੋਇਆ ਹੈ ਕਿ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਕੋਈ ਇੰਡਸਟਰੀ ਨਹੀਂ ਲੱਗੂਗੀ ਜੇ ਉਹਨਾਂ ਨੇ ਲਾਉਣੀ ਹੈ ਅਸੀਂ ਕਿਤੇ ਹੋਰ ਜਗ੍ਹਾ ਉਹਨਾਂ ਨੂੰ ਪ੍ਰੋਵਾਈਡ ਕਰਾ ਦਾਂਗੇ ਪਰ ਉੱਥੇ ਵੀ ਪਾਣੀ ਨਾ ਹੋ ਖਰਾਬ ਕਰਨ ਸੋ ਅਸੀਂ ਗੁਰੂ ਨਾਨਕ ਸਾਹਿਬ ਨੇ ਜੋ ਲਿਖਿਆ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਅਸੀਂ ਇਹਨਾਂ ਤਿੰਨੇ ਦਰਜਿਆਂ ਨੂੰ ਬਚਾਉਣ ਲਈ ਜੀ ਜਾਨ ਲਾ ਦਾਂਗੇ ਬਚਨ ਵੱਤ ਵੀ ਆ ਬਸ ਤੁਹਾਡੇ ਸਮਰਥਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ